ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਅਤੇ ਪਹੁੰਚੇ ਹੋਏ ਹਾਂ ਪਿੰਡ ਭੰਮੇ ਕਲਾਂ, ਜ਼ਿਲ੍ਹਾ ਮਾਨਸਾ ਦੇ ਵਿੱਚ, ਜਿੱਥੇ ਬਾਈਆਂ ਦੇ ਕੋਲ ਵਪਾਰ ਦਾ ਕੰਮ ਹੈ। ਚੰਗੇ ਪਸ਼ੂ ਆਉਂਦੇ ਹੈਗੇ ਬਾਈਆਂ ਕੋਲ, ਬਾਕੀ ਗੱਲਬਾਤ ਕਰਦੇ ਹਾਂ। ਬਾਈ ਜੀ, ਨਾਂ ਕੀ ਆਪਣਾ? ਸੁੱਖੀ ਹੈ ਜੀ। ਸੁੱਖੀ ਨਾਂ 'ਤੇ ਬਾਈ ਜੀ, ਕੀ ਨਾਂ ਦੇ ਨਾਲ ਮਸ਼ਹੂਰ ਆਪਣਾ ਨੌਰਾ? ਭੋਲੂ ਸਰਪੰਚ ਭੰਮੇ ਕਲਾਂ। ਭੋਲੂ ਸਰਪੰਚ ਦਾ ਬਾਈ ਕਾਫੀ ਵੱਡਾ ਨਾਂ ਏਰੀਏ ਦੇ ਵਿੱਚ, ਜੇ ਪਸ਼ੂਆਂ 'ਚ ਗੱਲ ਕਰੀਏ, ਹੈ ਨਾ? ਅਤੇ ਜਿਨ੍ਹਾਂ ਦੇ ਆਪਾਂ ਅੱਜ ਨੌਰੇ ਦੇ ਵਿੱਚ ਖੜ੍ਹੇ ਹਾਂ, ਗੱਲਬਾਤ ਕਰਦੇ ਹਾਂ ਬਾਈ ਦੇ ਨਾਲ। ਆਹ ਮੱਝ ਬਾਰੇ ਦੱਸੋ ਬਾਈ ਸਭ ਤੋਂ ਪਹਿਲਾਂ। ਇਹ ਮੈਂ ਕੱਲ੍ਹ ਬਹੀ ਹੈ, ਕੱਲ੍ਹ ਸੂਈ ਆ ਬਾਈ। ਅਤੇ ਕਿੰਨਵੇਂ ਸੂਏ ਹੈਗੀ? ਤੀਜੇ ਸੂਏ ਆ ਬਾਈ ਕਹਿੰਦਾ। ਅਤੇ ਕਿੰਨਾ ਦੁੱਧ ਦਿੱਤਾ ਬਾਈ ਦੂਜੇ ਸੂਏ? 12 ਕਿਲੋ। 12 ਲੀਟਰ ਬਾਈ ਦੂਜੇ ਸੂਏ ਦੁੱਧ ਦਿੱਤਾ। ਅਤੇ ਇੱਕ ਦਿਨ ਦੀ ਸੂਈ ਆ। ਮਗਰ ਕੀ ਆ ਬਾਈ, ਕੱਟਾ ਕੱਟੀ? ਮਗਰ ਕੱਟੀ ਆ, ਤੁਸੀਂ ਸਿੰਗਾਂ ਦੀ ਦੇਖ ਸਕਦੇ ਹੋ ਸਾਰਾ, ਹੈ ਨਾ, ਵੱਡੇ ਸਰੀਰ ਦੀ ਆ ਝੂਟੀ। ਅਤੇ ਤੋਰਿਓ ਬਾਈ ਮਾੜੀ ਜੀ, ਬਾਕੀ ਤੋਰ ਕੇ ਦਿਖਾ ਦਿੰਦੇ ਹਾਂ, ਲੇਵਾ ਵੀ ਦਿਖਾਵਾਂਗੇ ਆਪਾਂ। ਬਾਕੀ ਸਿਰੇ ਨੰਬਰ ਬਾਈ ਵੀਡੀਓ ਦੇ ਵਿੱਚ ਆਉਂਦਾ, ਤੁਹਾਨੂੰ ਦੱਸ ਦਈਏ, ਬਹੁਤ ਭਰਾਵਾਂ ਦੇ ਮੈਸੇਜ ਆਉਂਦੇ, ਹੈ ਨਾ, ਅਤੇ ਨੰਬਰ ਵੀ ਆਪਾਂ ਉਹ ਕਰਾਂਗੇ। ਮੋੜ ਲਿਓ ਬਾਈ, ਜੇ ਕੋਈ ਭਰਾ ਚਾਹੁੰਦਾ ਹੁੰਦਾ ਪਸ਼ੂ ਲੈਣਾ ਤਾਂ ਸੰਪਰਕ ਬਾਈਆਂ ਨਾਲ ਫੋਨ 'ਤੇ ਕਰ ਸਕਦਾ, ਕਿਉਂਕਿ ਆਪਾਂ ਸਾਰਾ ਪਾਵਾਂਗੇ ਵਿੱਚ ਡਿਟੇਲ। ਤੁਹਾਨੂੰ ਦੱਸ ਦਈਏ ਬਾਈ, ਤੜਕੇ ਲਗਭਗ 9:30 ਵਜੇ ਦੇ ਇਹ ਵੀਡੀਓ ਬਣ ਰਹੀ ਹੈਗੀ, ਅਤੇ ਚੁੰਗੀਆਂ ਹੋਈਆਂ ਸਾਰੀਆਂ ਚੋਟੀਆਂ ਇਸ ਟਾਈਮ ਖਾਲੀ ਨੇ, ਲੇਵਾ ਦੇਖ ਸਕਦੇ, ਹੈ ਨਾ। ਸਾਈਡ ਤੋਂ ਵੀ ਦਿਖਾ ਦਿੰਦੇ ਇੱਧਰੋਂ ਬਾਈ ਜੀ। ਕੀ ਮੁੱਲ ਵਾੜੀ ਹੈ ਜੀ, ਕਿੰਨੇ ਤੱਕ ਛੱਡਣੀ ਹੈ? ਮੁੱਲ ਵਾੜੀ 80,000 75 ਦੀ ਦੇਣੀ। 75,000 ਤੱਕ ਬਾਈ ਕਹਿੰਦਾ ਵੀ ਇਹ ਛੱਡਣੀ ਆਪਾਂ। ਮੱਝ ਤੀਜੇ ਸੂਏ ਹੈਗੀ, ਦੂਜੇ ਸੂਏ ਬਾਈ ਕਹਿੰਦਾ ਵੀ 12 ਲੀਟਰ ਦੁੱਧ ਦਿੱਤਾ ਹੈ। ਮੰਗ ਰਹੇ ਦੇ ਕੱਟੀ ਹੈ, ਕੱਟੀ ਸਾਹਮਣੇ ਦੇਖ ਸਕਦੇ ਹੋ, ਸਿੰਘ ਪਿੰਡਾ ਸਾਰਾ ਤੁਹਾਡੇ ਸਾਹਮਣੇ ਦੇਖਿਆ, ਹੈ ਨਾ। ਅਤੇ ਅਗਲੀ ਦੀ ਗੱਲ ਕਰੀਏ ਬਾਈ, ਇਹ ਵੀ ਇੱਕ ਦਿਨ ਦੀ ਸੂਈ ਆ ਬਾਈ, ਆਹ ਕੱਟੀ ਖੜੀ ਆ ਮਗਰ ਇਹਦੇ, ਇਹਦੇ ਵੀ ਮਗਰ ਕੱਟੀ ਆ ਬਾਈ ਨੇ ਦੱਸਿਆ। ਇੱਕ ਸਿੰਘ ਤੋਂ ਪੋਪਲਾ ਲਿਆ ਬਾਈ, ਸਿੰਘ ਤੋਂ ਇੱਕ ਤੋਂ ਪੋਪਲਾ ਲਿਆ, ਬਾਕੀ ਦੇਖ ਲਓ ਗਿਰਾਂ ਤੁਸੀਂ। ਮੋੜ ਲਿਓ ਬਾਈ ਇੱਧਰ, ਧੁੱਪ ਜੀ ਕਰਕੇ ਨਾ। ਭੋਲੂ ਦੇ ਨੌਰੇ 'ਚੋਂ ਵੀਡੀਓ ਬਣਾ ਰਹੇ ਹਾਂ ਬਾਈ, ਬਾਕੀ ਸਾਰਾ ਆਪਾਂ ਐਡਰੈਸ ਵੀ ਦੱਸਾਂਗੇ ਕਿੱਥੇ ਘਰ ਹੈ, ਹੈ ਨਾ। ਇਹ ਬਾਈ ਪਿੱਛੇ ਰਾਮਾਨੰਦੀ ਆ ਗਿਆ, ਹੈ ਨਾ, ਰਾਮਾਨੰਦੀ ਤੋਂ ਜਦੋਂ ਬਾਈ ਭੰਮਿਆਂ ਨੂੰ ਆਉਂਦੇ ਆ, ਭੰਮਿਆਂ ਨੂੰ ਉਹਨਾਂ ਦੇ ਮੱਛੀ ਪਲਾਟ ਦੇ ਨਾਲ ਹੀ ਬਾਈਆਂ ਦਾ ਨੌਰਾ ਹੈ। ਤੁਸੀਂ ਸਿੰਘ ਦੇਖ ਲਓ, ਸਾਰਾ ਪਿੰਡਾ ਦੇਖ ਲਓ, ਕੱਦ ਕਾਠ। 9ਵੇਂ ਸੂਏ ਆ ਬਾਈ, ਤੀਜੇ ਸੂਏ 'ਤੇ ਦੂਜੇ ਸੂਏ ਕਿੰਨਾ ਦੁੱਧ ਦਿੱਤਾ? 13 ਲੀਟਰ। ਥੋੜ੍ਹਾ ਪੂਛ ਕਰਿਓ ਸਾਈਡ 'ਤੇ, ਲੇਵਾ ਦਿਖਾ ਦਈਏ ਆਪਾਂ। ਇੱਥੇ ਕਰ ਲਓ ਕੋਈ ਗੱਲ, ਲੇਵਾ ਦੇਖ ਸਕਦੇ ਹਾਂ ਸਾਰੇ ਭਰਾ। ਖੜੀ ਜੀ ਗਲਤ ਆ ਥੋੜ੍ਹੀ ਜਿਹੀ, ਇੱਧਰੋਂ ਵੀ ਥਣਾ ਸਨ ਸਾਰਾ। ਠੀਕ ਆ ਬਾਈ, ਬਾਈ ਨੇ ਦੱਸਿਆ ਕਹਿੰਦਾ ਵੀ ਦੁੱਧ ਥੋੜ੍ਹਾ ਜਿਹਾ ਥਣਾ 'ਚ ਇਹਦੇ ਹੈਗਾ ਹਜੇ, ਅਤੇ ਬਾਕੀ ਸਾਈਡ ਤੋਂ ਵੀ ਆਪਾਂ ਦਿਖਾ ਦਿੰਦੇ ਹਾਂ ਦੁਬਾਰੇ। ਬਾਈ ਕਿੰਨੇ ਤੱਕ ਛੱਡਣੀ ਹੈਗੀ? ਠੀਕ ਹੈ, 85,000 ਤੱਕ ਬਾਈ ਕਹਿੰਦਾ ਵੀ ਇਹ ਆਪਾਂ ਛੱਡਾਂਗੇ, ਬਾਕੀ ਸਿੰਘ ਪਿੰਡਾ ਸਾਰਾ ਤੁਸੀਂ ਦੇਖ ਸਕਦੇ ਹੋ। ਇੱਕ ਦਿਨ ਦੀ ਸੂਈ ਆ ਬਾਈ, ਦੂਜੇ ਸੂਏ 13 ਲੀਟਰ ਦੁੱਧ ਬਾਈ, ਦੂਜੇ ਸੂਏ 13 ਲੀਟਰ ਦੁੱਧ ਦਿੱਤਾ। ਜੇ ਅਗਲੀ ਝੋਟੀ ਦੀ ਗੱਲ ਕਰੀਏ ਆਪਾਂ, ਪਹਿਲੇ ਸੂਏ ਬਾਈ, ਪਹਿਲੇ ਸੂਏ ਕਿੰਨੇ ਦਿਨਾਂ ਦੀ ਸੂਈ ਆ ਬਾਈ? ਤੀਜਾ ਦਿਨ ਹੋਇਆ ਬਾਈ, ਸਾਹਮਣੇ ਕੱਟੀਏ ਬਾਈ, ਕੱਟੀਏ ਕਿ ਕੱਟਾ ਮਗਰ ਕੱਟਾ ਗਾ, ਅਤੇ ਇਹਨੂੰ ਤੋਰਿਓ ਬਾਈ। ਸਿੰਘਾਂ ਸੁੰਘਾਂ ਦੀ ਪੂਰੀ ਸ਼ਕੀਨ ਝੋਟੀ ਹੈਗੀ, ਪਹਿਲੇ ਸੂਏ ਹੈ। ਬਾਕੀ ਸਿੰਘ ਦੇਖ ਸਕਦੇ ਹੋ, ਪਿੰਡਾਂ ਦੇਖ ਸਕਦੇ ਹੋ, ਹੈ ਨਾ, ਪੂਰੀ ਸ਼ਕੀਨ ਝੋਟੀ ਜੇ ਦੇਖ ਗਏ ਆਪਾਂ। ਲੇਵਾ ਦੇਖ ਸਕਦੇ ਹੋ ਬਾਈ, ਥਾਨ ਲੇਵਾ ਸਾਰਾ ਦੇਖ ਸਕਦੇ ਹੋ ਬਾਈ, ਸੰਨ ਵਗੈਰਾ, ਹੈ ਨਾ, ਇੱਧਰੋਂ ਵੀ। ਕਿੰਨੇ ਦੁੱਧ ਦੀ ਆਸ ਆ ਬਾਈ ਇਹ ਤੋਂ?
9 ਲੀਟਰ ਬਾਈ ਕਹਿੰਦੇ ਵੀ ਹੁਕਰਾਂਗੇ ਕਹਿ ਕੇ ਤੇ ਕਿੰਨੇ ਤੱਕ ਛੱਡਣੀ ਹੈ ਵੀਰੇ ਬਾਹਠ ਹਜ਼ਾਰ ਤੱਕ ਬਾਈ ਇਹ ਮਿਲੂਗੀ ਤੁਹਾਨੂੰ ਜੇ ਕੋਈ ਭਰਾ ਚਾਹਵਾਨ ਹੁੰਦਾ ਬਾਕੀ ਮੌਕੇ 'ਤੇ ਵੀ ਬਾਈ ਹੋਰ ਕਰ ਲੈਣਗੇ ਵੱਧ ਘੱਟ ਅਤੇ ਵੀਰੇ ਇੱਧਰ ਗੱਲ ਕਰੀਏ ਆਪਾਂ ਛਿਹੱਤਰ ਹਜ਼ਾਰ ਇਹਦੀ ਬਾਈ ਸਿੰਘ ਸੁੰਘ ਤੁਸੀਂ ਦੇਖ ਸਕਦੇ ਹੋ ਪਿੰਡਾਂ ਕਿੰਨਵੇਂ ਸੂਏ ਵੀਰੇ ਤੀਜੇ ਸੂਏ ਆ ਦੂਜੇ ਸੂਏ ਕਿੰਨਾ ਦੁੱਧ ਦਿੱਤਾ 10 ਲੀਟਰ ਦੁੱਧ ਦਿੱਤਾ ਬਾਈ ਦੂਜੇ ਸੂਏ ਬਾਕੀ ਥਾਂ ਲੇਵਾ ਸਾਰਾ ਲਿਖਾਵਾਂਗੇ ਤੁਰਦੀ ਕਰਦੀ ਦੇਖੋ ਪਿੰਡ ਭੰਮੇ ਕਲਾਂ ਜ਼ਿਲ੍ਹਾ ਮਾਨਸਾ ਦੇ ਵਿੱਚੋਂ ਵੀਡੀਓ ਬਣ ਰਹੀ ਹੈ ਨੇੜੇ ਕੋਟ ਧਰਮੂ ਹੈ ਭੰਮੇ ਕਲਾਂ ਪਿੰਡ ਕਾਫੀ ਵੱਡਾ ਪਿੰਡ ਹੈ ਜੀ ਕਹਿ ਦਈਏ ਮਾਨਸਾ ਜ਼ਿਲ੍ਹੇ ਦੇ ਵੱਡੇ ਪਿੰਡਾਂ 'ਚ ਨਾਂ ਆਉਂਦਾ ਮਗਰ ਕੀ ਆ ਬਾਈ ਇਹਦੇ ਆਹ ਕੱਟਿਆ ਕਿੱਦੇ ਕਿੰਨੇ ਦਿਨਾਂ ਦਾ ਹੋ ਗਿਆ ਹੈ ਬਾਈ ਤੀਜਾ ਦਿਨ ਹੋਇਆ ਬਾਈ ਸੂਈ ਨੂੰ ਅਤੇ ਬਾਕੀ ਸਿਰੇ ਆਪਾਂ ਲੇਵਾ ਵੀ ਦਿਖਾ ਦਿੰਦੇ ਸਾਰਾ ਹੈ ਨਾ ਉਹ ਬਾਈ ਲੇਵਾ ਦੇਖ ਸਕਦੇ ਹੋ ਅਤੇ ਬਾਈ ਇਹਦਾ ਮੁੱਲ ਬੜੀ ਕਿੰਨੇ ਤੱਕ ਛੱਡਣੀ ਹੈ 75 ਹਜ਼ਾਰ ਤੱਕ ਬਾਈ ਕਹਿੰਦੇ ਛੱਡਾਂਗੇ ਇਹ ਅਤੇ ਸੋਲਾ ਕਿੰਨਾ ਦੁੱਧ ਦਿੱਤਾ ਦੂਜੇ ਸੂਏ ਬਾਈ ਦੋ 10 ਲੀਟਰ ਦੂਜੇ ਸੂਏ 10 ਲੀਟਰ ਦੁੱਧ ਦਿੱਤਾ ਇਹਨੇ ਬਾਕੀ ਸਿੰਘ ਪਿੰਡਾ ਸਾਰਾ ਤੁਹਾਡੇ ਸਾਹਮਣੇ ਹੈਗਾ ਅਤੇ ਅੱਗੇ ਤੁਸੀਂ ਦੇਖ ਸਕਦੇ ਹੋ ਕਾਫੀ ਡਬਲ ਝੋਟੀ ਹੈਗੀ ਹੈ ਨਾ ਕੱਦਕਾਰ ਜੀ ਕਹਿ ਦਈਏ ਸਿੰਘ ਸੁੰਘਾਂ ਦੀ ਪੂਰੀ ਸਾਫ ਹੈਗੀ ਸੋਹਣੀ ਹੈ ਸਿੰਘਾਂ ਦੀ ਇਹਦਾ ਵੀ ਬਾਈ ਨਾਲ ਕਰਦੇ ਹਾਂ ਗੱਲ ਦੁੱਧ ਬਾਅਦ ਸਾਰਾ ਕੀ ਕਿੰਨਾ ਦੁੱਧ ਦਿੱਤਾ ਪਿਛਲੇ ਸੂਏ ਕਿੰਨਵੇਂ ਸੂਏ ਬਾਈ ਇਹ ਦੂਜਾ ਸੂਆ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ 14 ਲੀਟਰ ਦਿੱਤਾ ਬਾਈ ਕਹਿੰਦੇ ਦੁੱਧ ਅਤੇ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ 4 ਦਿਨਾਂ ਦੀ ਸੂਈ ਹੈ ਅਤੇ ਪਿੱਛੇ ਕੱਟਾ ਕੱਟੀ ਪਿੱਛੇ ਕੱਟੀ ਹੈ ਪਿੱਛੇ ਕੱਟਾ ਕਹਿੰਦੇ ਬਾਕੀ ਥਾਂ ਲੇਵਾ ਸਾਰਾ ਆਪਾਂ ਦਿਖਾਵਾਂਗੇ ਕੱਦ ਕਾਠ ਕਾਫੀ ਹੈ ਝੋਟੀ ਦਾ ਜੀ ਕਹਿ ਦਈਏ ਨਾ ਸਿੰਘਾਂ ਦੀ ਵੀ ਸੋਹਣੀ ਹੈ ਐਤਕੀ ਫਿਰ ਬਾਈ ਕਿੰਨਾ ਦੁੱਧ ਦੇਣਾ ਚਾਹੀਦਾ ਦੁੱਧ ਬਾਈ ਐਤਕੀ 16-17 ਪਲੱਸ ਦੇਣਾ ਚਾਹੀਦਾ ਠੀਕ ਆ ਬਾਈ ਅਤੇ ਲੇਵਾ ਦੇਖ ਸਕਦੇ ਹੋ ਬਾਈ ਸਾਈਡ ਤੋਂ ਵੀ ਦਿਖਾ ਦਿੰਦੇ ਆਪਾਂ ਇੱਧਰੋਂ ਵੀ ਥਣਾ ਦਾ ਸਾਨੂੰ ਦੇਖ ਸਕਦੇ ਹੋ ਕੀ ਆ ਬਾਈ ਮਗਰ ਕੱਟਾ ਕੇ ਕੱਟੀ ਬਾਈ ਕਹਿੰਦਾ ਵੀ ਪਹਿਲਾਂ ਆਪਾਂ ਕੱਟਾ ਕਰਦਾ ਸੀ ਕਹਿੰਦਾ ਕੱਟੀ ਆ ਮਗਰ ਇਹਦੇ ਅਤੇ ਕਹਿੰਦਾ ਥੋੜ੍ਹਾ ਜਿਹਾ ਭੁਲੇਖਾ ਲੱਗ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਅਤੇ ਬਾਕੀ ਬਾਈ ਇਹਦਾ ਮੁੱਲ ਬਾੜੀ ਕੀ ਹੈ 1,25,000 ਮੁੱਲ ਤਾਂ ਛੱਡਣੀ ਕਿੱਥੋਂ ਤੱਕ ਆ ਬਾਈ 1,10,000 ਤੱਕ ਮਿਲੂ ਬਾਈ ਜੇ ਕੋਈ ਭਰਾ ਚਾਹਵਾਨ ਹੁੰਦਾ ਹੈ ਨਾ ਅਤੇ ਬਾਕੀ ਸਿਰੇ ਬਾਈ ਨੇ ਦੱਸਿਆ ਹੈਗਾ ਸਾਰਿਆਂ ਦਾ ਰੇਟ ਆਪਾਂ ਦੂਜੀਆਂ ਦਾ ਵੀ ਜੇ ਕੋਈ ਹੋਰ ਵੀ ਭਰਾ ਚਾਹਵਾਨ ਹੁੰਦਾ ਪਸ਼ੂਆਂ ਦੀ ਵੀਡੀਓ ਬਣਾਉਣ ਦਾ ਤਾਂ ਆਪਣੇ ਨਾਲ ਫੋਨ ਨੰਬਰ ਹੁੰਦਾ ਸਕਰੀਨ 'ਤੇ ਸੰਪਰਕ ਕਰ ਸਕਦਾ ਅਤੇ ਬਾਈਆਂ ਦਾ ਆਪਾਂ ਸਾਰਾ ਐਡਰੈਸ ਦੁਬਾਰੇ ਦੱਸ ਦਿੰਦੇ ਪਿੰਡ ਭੰਮੇ ਕਲਾਂ ਜ਼ਿਲ੍ਹਾ ਮਾਨਸਾ ਬਾਈ ਇੱਕ ਸਾਈਡ 'ਤੇ ਕੋਟ ਧਰਮੂ ਆ ਜਾਂਦਾ ਇੱਕ ਸਾਈਡ 'ਤੇ ਝਨੀਰ ਆ ਜਾਂਦਾ ਅਤੇ ਜਦੋਂ ਰਾਮਾਨੰਦੀ ਤੋਂ ਆਪਾਂ ਭੰਮਿਆਂ ਨੂੰ ਆਉਂਦੇ ਹਾਂ ਤਾਂ ਰਸਤੇ ਦੇ ਵਿੱਚ ਇੱਕ ਮੱਛੀ ਫਾਰਮ ਆਉਂਦਾ ਮੱਛੀ ਫਾਰਮ ਦੇ ਨਾਲ ਹੀ ਬਾਈਆਂ ਦਾ ਨਹੁਰਾ ਹੈਗਾ ਜਿੱਥੇ ਪਸ਼ੂ ਸਾਰੇ ਹੁੰਦੇ ਆ ਬਾਈ ਜੀ ਨੰਬਰ ਕਿੰਨਾ ਹੈਗਾ 94-172-67-905 ਬਾਈ ਅਤੇ ਬਾਈ ਦਾ ਨਾਂ ਡਿਪਟੀ ਹੈਗਾ ਤੁਹਾਨੂੰ ਦੱਸ ਦਈਏ ਆਪਾਂ ਬਾਈ ਜਿਹੜੇ ਕੋਲ ਨੰਬਰ ਹੋਊਗਾ ਜੇ ਕੋਈ ਭਰਾ ਚਾਹ ਉਹਨਾਂ ਦਾ ਸੰਪਰਕ ਕਰ ਸਕਦਾ ਬਾਈਆਂ ਦੇ ਹੋਰ ਵੀ ਪਸ਼ੂ ਚੰਗੇ ਆਉਂਦੇ ਜਾਂਦੇ ਰਹਿੰਦੇ ਹੈ ਨਾ ਅਤੇ ਧੰਨਵਾਦ ਦੋਸਤੋ